ਰਿਹਾ ਸੀ, ਧਿਆਨ ਨਾਲ ਸੁਣਿਓ। ਅਤੇ ਘਰ ਦੇ ਮਾਲਕ ਨੇ ਪੁੱਛਿਆ, ਜਿਹੜਾ ਠੇਕੇਦਾਰ ਸੀ, ਬਿਲਡਰ ਸੀ, ਜੀ ਇਹ ਘਰ ਕਿੰਨੀ ਕੁ ਦੇਰ 'ਚ ਬਣ ਜੂ, ਜਿਵੇਂ ਆਪਾਂ ਕਈ ਵਾਰੀ ਕਹਿੰਦੇ ਹੁੰਦੇ ਜੀ, ਕਿੰਨਾ ਕੁ ਟਾਈਮ ਲੱਗੂ। ਤੋ ਜਿਹੜਾ ਬਿਲਡਰ ਸੀ ਉਹ ਥੋੜ੍ਹਾ ਜਿਹਾ ਸਿਆਣਾ ਸੀ ਅਤੇ ਸਮਝਦਾ ਸੀ ਇਹਨਾਂ ਗੱਲਾਂ ਨੂੰ। ਕਹਿੰਦਾ ਜੀ ਅਸੀਂ ਮਕਾਨ ਬਣਾਉਂਦੇ ਹਾਂ, ਘਰ ਬੰਦੇ ਨੂੰ ਆਪ ਬਣਾਉਣਾ ਪੈਂਦਾ। ਉਹਨੇ ਪੁੱਛਿਆ ਜੀ ਘਰ ਕਿੰਨੀ ਕੁ ਦੇਰ 'ਚ ਬਣ ਜੂ, ਉਹ ਕਹਿੰਦਾ ਅਸੀਂ ਮਕਾਨ ਬਣਾਉਂਦੇ ਹਾਂ, ਘਰ ਇਨਸਾਨ ਨੂੰ ਖੁਦ ਆਹ ਬਣਾਉਣਾ ਪੈਂਦਾ। ਕਹਿੰਦਾ ਘਰ ਅਤੇ ਮਕਾਨ 'ਚ ਕੀ ਫਰਕ ਹੁੰਦਾ? ਕਹਿੰਦਾ ਮਕਾਨ ਤਾਂ ਦੁਨੀਆਂ ਦੇ ਬਹੁਤ ਨੇ, ਘਰ ਟਾਵੇਂ ਟਾਵੇਂ ਨੇ। ਘਰ ਕਿਹੜਾ ਹੁੰਦਾ ਭਲਾ, ਜਿੱਥੇ ਸਾਰੇ ਦਿਨ ਦਾ ਬੰਦਾ ਬਾਹਰੋਂ ਥੱਕਿਆ ਟੁੱਟਿਆ, ਮੈਂ ਈਵਨ ਇੱਥੋਂ ਤੱਕ ਜੇ ਕਿਸੇ ਦੇ ਚਾਰ ਪੈਸੇ ਦੇਣੇ ਵੀ ਹੋਣ, ਇੰਝ ਕਹਿ ਲਓ ਵੀ ਹਜ਼ਾਰਾਂ ਪਰੇਸ਼ਾਨੀਆਂ ਹੁੰਦੀਆਂ ਨੇ ਇਨਸਾਨ ਨੂੰ ਜਦੋਂ ਬਾਹਰ ਵਿਚਰਦਾ, ਸਮਾਜ ਵਿੱਚ ਹੁੰਦੀਆਂ ਨੇ, ਪਰ ਜਦੋਂ ਘਰ ਦੀ ਦਹਿਲੀਜ਼ ਲੰਘ ਆਵੇ ਤਾਂ ਉਹਨੂੰ ਇੰਝ ਲੱਗੇ ਠੀਕ ਹੈ ਯਾਰ ਮੁਸ਼ਕਲਾਂ ਨੇ, ਕੱਲ੍ਹ ਨੂੰ ਹੱਲ ਕਰ ਲੂੰ, ਪਰ ਇੱਦਾਂ ਦਾ ਪਰਿਵਾਰ ਥੋੜ੍ਹਾ ਕਿਸੇ ਕੋਲ ਹੈਗਾ ਨਾ, ਇੱਦਾਂ ਦੀ ਮਾਂ ਕਿਸੇ ਕੋਲ, ਨਾ ਇੱਦਾਂ ਦਾ ਪਿਓ ਹੈ ਕਿਸੇ ਕੋਲ, ਨਾ ਇੱਦਾਂ ਦੀ ਪਤਨੀ ਕਿਸੇ ਕੋਲ, ਨਾ ਇੱਦਾਂ ਦੇ ਬੱਚੇ ਕਿਸੇ ਕੋਲ। ਯਾਰ ਇਹੋ ਜਿਹਾ ਸਵਰਗ ਮੈਨੂੰ ਕਿਤੇ ਲੱਭਣਾ? ਠੀਕ ਹੈ ਬਾਹਰ ਦੀਆਂ ਪਰੇਸ਼ਾਨੀਆਂ ਹੋਣਗੀਆਂ, ਪਰ ਇਹੋ ਜਿਹਾ ਬੈਕੁੰਠ ਤਾਂ ਨਹੀਂ ਨਾ ਕਿਤੇ ਲੱਭਣਾ ਮੈਨੂੰ। ਉਹ ਕਿੱਦਾਂ ਬਣਨਾ? ਉਹ ਕਿਸੇ ਕਾਰੀਗਰ ਨੇ ਨਹੀਂ ਬਣਾਉਣਾ, ਕਿਸੇ ਮਿਸਤਰੀ ਨੇ ਨਹੀਂ ਬਣਾਉਣਾ, ਘਰ ਇਨਸਾਨ ਖੁਦ ਆਪ ਬਣਾਉਂਦਾ। ਮਕਾਨ ਬਣ ਜਾਂਦੇ ਨੇ, ਲੈਂਟਰ ਪੈ ਜਾਂਦੇ ਨੇ, ਡਾਊਨ ਸੀਲਿੰਗ ਹੋ ਜਾਂਦੀ ਹੈ, ਪਰਦੇ ਲੱਗ ਜਾਂਦੇ ਨੇ, ਫਰਨੀਚਰ ਆ ਜਾਂਦਾ, ਪੱਖੇ ਏਸੀ ਕੂਲਰ ਸਭ ਕੁਝ ਫਿੱਟ ਹੋ ਜਾਂਦਾ, ਏ ਤੋਂ ਜੈਡ ਬਣ ਜਾਂਦਾ ਸਭ ਕੁਝ ਕੰਪਲੀਟ। ਪਰ ਘਰ ਇਨਸਾਨ ਨੂੰ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਬਣਾਉਣ ਲੱਗੇ। ਅਤੇ ਘਰ ਕਿੱਦਾਂ ਬਣਨਾ? ਵਿਸ਼ਵਾਸ ਨਾਲ, ਪਿਆਰ ਨਾਲ, ਮੁਹੱਬਤ ਨਾਲ। ਮਕਾਨ ਬਹੁਤ ਨੇ, ਕਹਿੰਦਾ ਘਰ ਦੁਨੀਆਂ 'ਤੇ ਟਾਵੇਂ ਟਾਵੇਂ ਨੇ, ਅਤੇ ਘਰ ਇਨਸਾਨ ਨੂੰ ਖੁਦ ਆਪ ਬਣਾਉਣਾ ਪੈਂਦਾ ਹੈ। ਇਹੋ ਜਿਹੇ ਲੋਕ ਵੀ ਹੈਗੇ ਨੇ ਜਿਹੜੇ ਇਹ ਵੀ ਵਾਰ ਵਾਰ ਕਹਿਣਗੇ ਮੈਂ ਹੁਣ ਘਰ ਛੱਡ ਕੇ ਚੱਲਿਆ। ਇਹਦਾ ਮਤਲਬ ਤੂੰ ਘਰ ਬਣਾ ਹੀ ਨਹੀਂ ਪਾਇਆ, ਤੂੰ ਤਾਂ ਮਕਾਨ 'ਚ ਹੀ ਰਹਿ ਰਿਹਾ ਸੀ। ਹੈਗੇ ਨਾ ਸੰਸਾਰ ਦੇ ਲੋਕ, ਦੁਨੀਆਂ 'ਤੇ ਇਗਜ਼ੈਂਪਲ ਆਪਾਂ ਨੂੰ ਸਮਾਜ ਵਿੱਚ ਮਿਲਦੀ ਹੈ ਕਿ ਇਨਸਾਨ ਆਪਣਾ ਘਰ ਰਹਿਣ ਲਈ ਬਣਾਉਂਦਾ ਹੈ, ਉਸ ਘਰ ਨੂੰ ਰੋਜ਼ ਮੈਂ ਆਪਣੀ ਜ਼ਿੰਦਗੀ ਨੂੰ ਸਵਾਰਨਾ। ਹੁਣ ਆਪਾਂ ਬਾਣੀ ਦਾ ਬੜਾ ਪਿਆਰਾ ਵਾਕ ਪੜ੍ਹਦੇ, ਗੁਰੂ ਸਾਹਿਬ ਜੀ ਕਹਿੰਦੇ ਨਾਨਕ ਬੱਧਾ ਘਰ ਤਹਾਂ, ਜਿੱਥੇ ਮ੍ਰਿਤ ਨਾ ਜਨਮ ਜਰਾ, ਤਿੰਨ ਚੀਜ਼ਾਂ ਆਈਆਂ। ਗੁਰੂ ਸਾਹਿਬ ਜੀ ਕਹਿੰਦੇ ਨੇ ਹੁਣ ਉੱਥੇ ਘਰ ਬਣਾ ਲਿਆ ਜਿੱਥੇ ਹੁਣ ਮ੍ਰਿਤੂ ਹੈ ਨਹੀਂ, ਕਿਸੇ ਦਾ ਵੇਖ ਕੇ ਮਨ ਡੋਲਦਾ ਨਹੀਂ। ਨਾਨਕ ਬੱਧਾ ਘਰ ਤਹਾਂ, ਜਿੱਥੇ ਮ੍ਰਿਤ, ਮ੍ਰਿਤ ਹੁੰਦੀ ਹੈ ਨਾ ਮੌਤ, ਮੌਤ ਕਿੱਦਾਂ ਹੁੰਦੀ ਹੈ? ਇੱਕ ਮੌਤ ਹੁੰਦੀ ਜਦੋਂ ਆਪਾਂ ਸਾਡੇ 'ਚ ਪੰਖ ਪੰਖੇਰੂ ਉੱਡ ਜਾਣਾ ਹੈ, ਸਾਨੂੰ ਚਾਰ ਬੰਦੇ ਜਾ ਕੇ ਚੋਕੇ ਲੱਕੜਾਂ 'ਤੇ ਰੱਖਣਗੇ, ਇਹ ਮੌਤ ਇੱਕੇ ਵਾਰੀ ਹੋਣੀ ਹੈ। ਪਰ ਜਿਹੜਾ ਮਨ ਦਾ ਮਰਨਾ ਨਾ, ਇਹ ਰੋਜ਼ ਹੀ ਮਰਦਾ। ਕਦੀ ਕਿਸੇ ਦਾ ਘਰ ਵੇਖ ਕੇ ਮਰ ਜਾਂਦਾ ਹੈ, ਕਦੀ ਕਿਸੇ ਦਾ ਤਨ ਵੇਖ ਕੇ ਮਰ ਜਾਂਦਾ, ਕਦੀ ਕਿਸੇ ਦੀ ਗੱਡੀ ਵੇਖ ਕੇ ਮਰ ਜਾਂਦਾ, ਕਦੀ ਕਿਸੇ ਦੀ ਤਰੱਕੀ ਵੇਖ ਕੇ ਵੀ ਮਰ ਜਾਂਦਾ। ਜਿਵੇਂ ਮੰਨ ਲਓ ਤੁਹਾਨੂੰ ਕੋਈ ਖਬਰ ਸੁਣੀ, ਕਿਸੇ ਦੀ ਤਰੱਕੀ ਦੀ ਖਬਰ ਸੁਣੀ, ਉਹ ਤੁਹਾਨੂੰ ਅੱਗਿਓਂ ਅੱਛਾ, ਅੱਜ ਕੱਲ੍ਹ ਇੰਨਾ ਕੁ ਬੰਦਾ ਜੱਜਮੈਂਟ ਕਰ ਜਾਂਦਾ ਵੀ ਜਦੋਂ ਤੁਸੀਂ ਕਿਸੇ ਨੂੰ ਕੋਈ ਖਬਰ ਸੁਣਾਉਂਦੇ ਨਾ ਖੁਸ਼ੀ ਦੀ, ਮੰਨ ਲਓ ਇਗਜ਼ੈਂਪਲ ਦੇਣ ਲੱਗਾ, ਤੁਹਾਨੂੰ ਅਗਲੇ ਦੇ ਹਾਵ ਭਾਵ ਤੋਂ ਪਤਾ ਲੱਗ ਜਾਂਦਾ ਵੀ ਇਹਨੂੰ ਮੇਰੀ ਗੱਲ ਨਾਲ ਖੁਸ਼ੀ ਹੋਈ ਹੈ ਕਿ ਦੁੱਖ ਹੋਇਆ। ਕਿਉਂ ਸਾਹ ਸਮਝੀ, ਸਮਝ ਆ ਜਾਂਦੀ ਕਿ ਨਹੀਂ ਆ ਜਾਂਦੀ ਭਲਾ? ਮੰਨ ਲਓ ਆਪਾਂ ਕੋਈ, ਤੁਸੀਂ ਮੰਨ ਲਓ ਕਾਰ ਹੀ ਨਵੀਂ ਲੈ ਕੇ ਆਏ ਆ, ਗੱਡੀ ਨਵੀਂ ਲੈ, ਅੱਛਾ ਜੇ ਗੱਡੀ ਦੀਆਂ ਕਿਸ਼ਤਾਂ ਵੀ ਤੁਸੀਂ ਦੇਣੀਆਂ ਵਾ, ਤੁਸੀਂ ਇਹਨੂੰ ਦੱਸ ਰਹੇ ਆ, ਉਹਨੇ ਤੁਹਾਡੀ ਗੱਡੀ ਦਾ ਜਾਂ ਨੰਬਰ ਪਲੇਟ ਵੇਖ ਕੇ ਪੁੱਛਿਆ ਵੀ ਸੁਖਨਾ ਨਵੀਂ ਲਈ ਆ, ਹਾਂਜੀ ਅਜੇ ਪਰਸੋਂ ਹੀ ਨਵੀਂ ਲੈ ਕੇ ਆਏ ਹਾਂ। ਉਹਨੇ ਵਧਾਈ ਦਿੱਤੀ, ਪਰ ਵਧਾਈ ਔਖੇ ਹੋ ਕੇ ਦਿੱਤੀ ਉਹਨੇ,